ਇਹ ਆ ਦੋਸਤੋ ਥਾਲੀ ਰੋਡ, ਅਤੇ ਇਹ ਬਾਬੇ ਰੁਪੜਦਾਸ ਦੀ ਜਗ੍ਹਾ 'ਤੇ ਜਾਂਦਾ ਹੈ। ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ ਵੀ ਹੁਣ ਤਾਂ ਖਾਲੀ ਹੈ, ਅੱਜ ਤੋਂ ਬਾਅਦ ਦੇ ਵਿੱਚੋਂ ਇਹ ਤੁਹਾਨੂੰ ਭਰਿਆ ਵਾ ਮਿਲਣਾ, ਜਿਹੜਾ ਮੇਨ ਗੇਟ ਤੋਂ ਲੈ ਕੇ ਬਾਬੇ ਦੀ ਜਗ੍ਹਾ ਮੇਨ ਦਰਸ਼ਨ ਰੋਡ ਤੱਕ, ਉੱਥੋਂ ਤੱਕ ਪੈਦਲ ਜਾਣ ਵਾਲੀਆਂ ਸੰਗਤਾਂ ਵਾਸਤੇ ਪੁਖਤਾ ਪ੍ਰਬੰਧ ਨੇ। ਜਗ੍ਹਾ ਨਹੀਂ ਬਾਈ, ਵੀਡੀਓ ਬਣਾਉਣਾ, ਵਲੌਗ ਤਾਂ ਬਣੂਗਾ। ਆਹ ਜਿਹੜੀ ਜਗ੍ਹਾ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ, ਸਾਨੂੰ ਪ੍ਰਬੰਧ ਦਾ ਬਹੁਤ ਵਧੀਆ ਕੀਤੇ ਹੋਏ ਸੀ ਕਮੇਟੀ ਵਾਲਿਆਂ ਵੱਲੋਂ, ਰਸੇ ਵੀ ਆਹ ਜਗ੍ਹਾ ਦਾ ਵੀ ਪ੍ਰਬੰਧ ਵੇਖ ਲਓ, ਬਹੁਤ ਵਧੀਆ ਕੀਤਾ ਹੋਇਆ ਸੀ। ਤੁਹਾਨੂੰ ਬਾਕੀ ਹੋਰ ਅੱਗੇ ਦਿਖਾਉਂਦੇ ਹਾਂ, ਮੇਲਾ ਜਿਹੜਾ ਬਹੁਤ ਵਧੀਆ ਬਣਾਇਆ ਸੀ, ਮੇਨ ਗੇਟ 'ਤੇ ਆਸ ਪਾਸ ਧਿਆਨ ਨਾਲ ਦੇਖੋ, ਮੇਨ ਗੇਟ ਦੇ ਉੱਪਰ ਹੈ, ਪ੍ਰੋਗਰਾਮ ਵਧੀਆ ਚੱਲੀ ਜਾਂਦਾ। ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਠੰਡੇ ਜ਼ਿਆਦਾ ਹੀ ਦੇਖਣ ਕਿਆ ਕਰੇ ਲੋਕ। ਬਾਕੀ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਵੀ ਤਾਈਆਂ ਨੇ ਜਿਹੜਾ ਸਾਊਂਡ ਦਾ ਕੰਮ ਕੀਤਾ ਉਹ ਬਾਈ ਸੋਖਾ ਨਾਮ ਦੇ, ਇਹ ਬਾਈ ਕਹਿੰਦੇ ਮੈਨੂੰ ਕਹਿੰਦੇ ਐਡ ਕਰ ਦੇ, ਮੈਂ ਐਡ ਕਰ ਦਿੰਦਾ, ਤੁਸੀਂ ਧਿਆਨ ਨਾਲ ਦੇਖਿਓ, ਅੱਠ ਵੀ ਬਹੁਤ ਹੈ, ਠਾਠ ਵਾਠ ਬਹੁਤ ਹੈ ਬਾਈ, ਬਾਬੇ ਦੀ ਜਗ੍ਹਾ ਵੀ ਚੜ੍ਹਦੀ ਵਾਲੀ ਜਗ੍ਹਾ ਬਾਈ, ਸੇਖਾ ਕਲਾਂ ਦਸਤਕ ਮੋਗਾ ਦੇ ਵਿੱਚ ਉਸ ਤੋਂ ਬਾਅਦ ਵਿਦਵਾਨ ਹੋਣਗੇ ਜਿਹੜੇ ਗਲਤ ਕਮੈਂਟ ਵੀ ਕਰਨਗੇ, ਆਪਾਂ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ, ਪਰ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਕੇ ਧੰਨ ਧੰਨ ਬਾਬਾ ਰੁਪੜਦਾਸ ਜੀ ਜ਼ਰੂਰ ਲਿਖਣਾ, ਧਿਆਨ ਨਾਲ ਦੇਖੋ ਕਿਤੇ ਪਹੁੰਚਾ ਕਰੇ ਕੋਲ ਦਵਾਈਆਂ ਦਾ ਪੂਰਾ ਵਧੀਆ ਪ੍ਰਬੰਧ ਸੀ, ਬਹੁਤ ਵਧੀਆ ਲੱਗਿਆ ਮੈਨੂੰ ਪ੍ਰਬੰਧ ਇਹ। ਅੱਗੇ ਵੀਡੀਓ ਦੇ ਵਿੱਚ ਤੁਸੀਂ ਹੋਰ ਬਹੁਤ ਚੀਜ਼ਾਂ ਦੇਖੋ, ਵੀਡੀਓ ਨਾਲ ਬਣੇ ਰਹੋ, ਧੰਨਵਾਦ ਆ ਤੁਹਾਡਾ, ਸਬਸਕ੍ਰਾਈਬ ਆ ਬਾਈ ਦਾ ਦੇਖਦਾ, ਇਹ ਤੁਸੀਂ ਧਿਆਨ ਦੇ ਨਾਲ ਬਾਈ ਚੰਗਾ ਸੀਗਾ ਬਿੱਲਾ ਜੀ ਬਾਈ ਬੂਟਾ ਸਿੰਘ ਚਿੰਦਾ ਆਰਕੈਸਟਰਾ ਦਾ ਕੰਮ ਵੀ ਆ ਬਾਈਆਂ ਦਾ। ਹਾਂ ਬਾਈ ਜਿਹੜਾ ਇੱਕ ਹੱਥ ਜੇ ਮਾਰੀ ਜਾਂਦਾ ਸੀ ਇਹ ਲਹਿਰਾਂ ਦੇ ਵਿੱਚ, ਇਹ ਬਾਈ ਫਿਰਾ ਕਰਾ ਗਿਆ, ਜਿਹੜਾ ਬਾਈ ਨੇ ਸਲਾਈ ਕਰਕੇ ਗਾਣਾ ਲਾਇਆ ਸੀ, ਇਹ ਬਾਈ ਦਾ ਫੇਵਰੇਟ ਹੋਣ ਕਰਕੇ ਪ੍ਰੋਗਰਾਮ ਇਹ ਬੰਦੇ ਨੇ ਪੂਰੇ ਫਨ ਚੱਕ ਲਿਆ। ਉਹ ਅੱਗੇ ਦੀ ਵੀਡੀਓ ਨੇ ਜਸਵਿੰਦਰਾ ਕਿੰਨਾ ਦੂਜਾ ਕਿੱਦਾਂ ਸੱਪ ਫਨ ਚੱਕੀ ਕਰਦਾ, ਉਹ ਇਹ ਫਨ ਚੱਕੀ ਕਰਦਾ ਸੀ ਇਹ ਬਾਈ, ਮੈਨੂੰ ਨਹੀਂ ਪਤਾ ਕਿਹੜਾ ਪੈਂਦਾ ਬਾਈ ਦਾ ਜਿਹੜਾ ਨਹੀਂ ਹੈਗਾ, ਪਰ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ, ਉਹ ਦੇਖੋ ਉੱਧਰ ਵੀ ਜਾਮ ਲੱਗਿਆ ਵਾ, ਤੁਹਾਨੂੰ ਅੱਗੇ ਜਾ ਕੇ ਹੋਰ ਦਿਖਾਉਣੇ ਆ, ਹੋਰ ਬਹੁਤ ਵੱਡਾ ਜਾਮ ਲੱਗਿਆ ਵਾ, ਵੀਡੀਓ ਨੂੰ ਧਿਆਨ ਦੇ ਨਾਲ ਦੇਖੀ ਚੱਲੋ, ਵੀਡੀਓ ਨਾਲ ਬਣੇ ਰਹੋ, ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਹਾਂ ਬਾਈ ਹਾਂ ਦੇਖੋ ਜੀ ਬੱਬੂ ਮਾਨ ਦੇ ਗਾਣੇ ਚੱਲੀ ਜਾਂਦੇ, ਲੋਕ ਕਹਿੰਦੇ ਖਤਮ ਹੋ ਗਿਆ, ਇਹ ਕੀ ਨਹੀਂ ਖਤਮ ਹੋ ਗਿਆ। ਉੱਕਾ ਤੋਕਾ ਪਿੰਡ ਪਹਿਰਾ ਲੱਗਦਾ ਚੱਲ ਪਿਆ।
ਮੇਨ ਗੇਟ ਤੋਂ ਅੱਗੇ ਜਾ ਕੇ ਜਦੋਂ ਆਪਾਂ ਦੇਖਦੇ ਹਾਂ ਲੱਸੀ ਦਾ ਲੰਗਰ ਚੱਲ ਰਿਹਾ ਸੀ, ਤਾਂ ਦਾਸ ਨੇ ਵੀ ਲੱਸੀ ਖਾਈ। ਬਹੁਤ ਵਧੀਆ ਪ੍ਰੋਗਰਾਮ ਸੀ ਬਾਬਾ ਜੀ ਦਾ। ਬਸ ਲੋਕਾਂ ਨੂੰ ਦਾਰੂ ਨਹੀਂ ਪਸੰਦ ਦਾ, ਬਾਬਾ ਜੀ ਨਹੀਂ ਪਸੰਦ, ਗੱਲਾਂ ਸਿੱਧੀਆਂ ਨੇ। ਜਿਹਨੇ ਦੇਖਣਾ ਦੇਖੋ, ਨਹੀਂ ਦੇਖਣਾ ਨਾ ਦੇਖੋ, ਗੱਲ ਖਤਮ। ਬਾਬਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਸੀ ਸਾਡੇ ਸਿੱਖ ਇਹਨਾਂ ਦਾ ਪਿੰਡ ਬਰਨਾ ਦਾ, ਅਤੇ ਰੋਡਿਆਂ ਤੋਂ ਸੀਗੇ ਜਿਹੜੇ ਬਾਈ ਨੇ ਲਾਇਆ ਸੀ ਇਹ। ਅੱਗੇ ਜਾ ਕੇ ਤੁਹਾਨੂੰ ਹੋਰ ਵੀ ਮਜ਼ਬੂਰੀ ਦਾ ਨਾ ਕਹਿੰਦਾ ਕਿਹਦਾ ਜੀ ਕਰਦਾ ਹੈ। ਆਹ ਬਾਈ ਹੀ ਰੱਖ ਜਾਣਾ ਉਹਨੂੰ ਸਮੋਸਾ ਲੱਗਦਾ ਲਾਇਆ ਕਰਾਂ, ਘੱਟ ਨਾ ਹੋਵੇ ਕੋਈ ਨਾ ਰੋਵੇ, ਮਸਲਾ ਸਾਰਾ ਰੋਟੀ ਦਾ, ਉਹ ਚੀਜ਼ ਹੈ ਧਿਆਨ ਦੇ ਨਾਲ ਦੇਖ। ਇਹ ਬਾਈ ਆ ਰਾਜਿਆਣੇ ਤੋਂ, ਕੀ ਨਾਮ ਬਾਈ ਤੁਹਾਡਾ? ਬਾਬੂ ਸਿੰਘ ਮੈਂਬਰ। ਬਾਬੂ ਸਿੰਘ ਮੈਂਬਰ ਬਾਈ ਨੇ ਸਮੋਸਿਆਂ ਦਾ ਲਾਇਆ ਸੀ, ਅਤੇ ਬਾਈ ਨੇ ਠੰਡਾ ਪਾਣੀ ਵੀ ਦਿੱਤਾ ਪੀਣ ਨੂੰ। ਧੰਨਵਾਦ ਬਾਈ ਦਾ। ਠੀਕ ਆ ਜੀ। ਆਪੂ ਕਿਹੜੇ ਕਿਹੜੇ ਦੇਸ਼ਾਂ ਦੇ ਵੀਜੇ ਆ? ਹੈਲੋ, ਕਿਹੜੇ ਕਿਹੜੇ ਵੀਜੇ ਆ? ਬਾਬੇ ਨੂੰ ਕਹਿੰਦਾ ਬ੍ਰਾਹਮਣ ਕੋਈ ਗੱਲ ਕਰ, ਫਿਰ ਇਹਦੇ ਮੈਕਲਾ ਦਾ ਇਦੂ ਬਾਅਦ ਵਾਲਾ ਰੰਗ ਤੁਸੀਂ ਆਪ ਦੇਖ ਲਓ। ਹਾਂ ਆਵਾਜ਼ ਆਊਗੀ ਨਾ। ਹਾਂ ਹਾਂ ਚੱਲੀ ਜਾਂਦਾ, ਆਵਾਜ਼ ਵੀ ਆਈ ਜਾਊਗੀ। ਵੀਜੇ ਲੱਗਦੇ ਵੱਡੇ ਵੱਡੇ ਮੁਲਕਾਂ ਦੇ, ਕਿਹੜੇ ਕਿਹੜੇ ਮੁਲਕ ਜਾਣਾ? ਇੱਥੇ ਲੰਡਨ, ਇੱਥੇ ਯੂਕੇ, ਇੱਥੇ ਸਣੇ ਜੋੜੀਆਂ, ਵੱਡਿਆਂ ਵੱਡਿਆਂ ਮੁਲਕਾਂ ਦੇ ਵੀਜੇ, ਇੱਥੇ ਕਨੇਡਾ, ਇੱਥੇ ਅਮਰੀਕਾ, ਇੱਥੇ ਲੰਡਨ, ਵੱਡਿਆਂ ਵੱਡਿਆਂ ਮੁਲਕਾਂ ਦੇ ਵੀਜੇ ਇੱਥੇ ਲੱਗਦੇ ਹੈ, ਇੱਥੇ ਯੂਕੇ, ਇੱਥੇ ਲੰਡਨ, ਸਾਹਮਣੇ ਦੇਖੋ ਤੁਸੀਂ ਬਾਬੇ ਦੇ ਮੈਕਲਾ ਤਾਂ, ਇਦੂ ਬਾਅਦ ਚ ਵੀਡੀਓ ਹੋਰ ਵੀ ਵਧੀਆ ਬਣੀ, ਸੰਗਤਾਂ ਦਾ ਰਿਐਕਸ਼ਨ ਵੀ ਦੇਖਿਓ। ਇਸ ਤੋਂ ਬਾਅਦ ਬਾਈ ਹਰਜੀਤ ਸਿੱਧੂ ਦੀ ਐਂਟਰੀ ਦੇਖਿਓ, ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਾਈ ਜੀ ਤੁਰ ਕੇ ਆਏ ਗੇਟ ਦੇ ਉੱਪਰੋਂ ਕੱਟ ਗਿਆ ਦਾ ਹੁਣ ਕਰਕੇ। ਬਾਈ ਹਰਜੀਤ ਸਿੱਧੂ ਜੀ ਪਹੁੰਚ ਚੁੱਕੇ ਆ, ਫੈਸਲਾ ਲਿਆ ਕੇ ਭਰਾਵੋ ਫਿਰ ਤੁਰ ਕੇ ਚੱਲੋ ਅੱਜ ਯਾਰ। ਨਹੀਂ ਨਹੀਂ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਸਾਡੇ ਦਰਮਿਆਨ ਜਲਦੀ ਪਹੁੰਚਣਗੇ। ਏਦਾਂ ਵੀਰੇ ਹਰੇਕ ਕਲਾਕਾਰ ਨਹੀਂ ਕਰ ਸਕਦੇ, ਏਸੀਆਂ ਦੇ ਵਿੱਚ ਰਹਿ ਕੇ ਗੱਡੀਆਂ ਵਿੱਚ ਜਾਂਦੇ ਆ, ਇਹ ਕਲਾਕਾਰ ਤੁਸੀਂ ਦੇਖ ਰਹੇ ਹੋ ਆਪਣੇ ਪੁਰਾਣੇ। ਦੁਬਾਰਾ ਆਪਾਂ ਮੋੜ ਸੁਰਜੀਤ ਕਰੀਏ ਅਤੇ ਆਪਾਂ ਇਹਨੂੰ ਮੇਲੇ ਨੂੰ ਚਾਰ ਚੰਦ ਲਈਏ। ਧੰਨ ਧੰਨ ਮਾਮਾ ਰੁਖੜਦਾਸ ਜੀ ਦੀ ਯਾਦ ਹੈ।
ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਖੰਡ ਦੀ ਕੁੜੀ ਵਾਲਾ ਬਾਈ ਵਰਗੀ ਸਿੱਧੂ ਆ, ਕਿਸੇ ਸੱਜਣ ਮਿੱਤਰ ਨੂੰ ਨਾ ਪਤਾ ਹੋਵੇ ਖਾਦੀ ਛੁੱਟਿਆ ਮੇਰੀ
ਫਿਰ ਉਹਨਾਂ ਨੂੰ ਜਾਂਦਾ ਜਿਹਨਾਂ ਦੀ ਬਦੌਲਤ ਬਾਬਾ ਜੀ ਤੁਹਾਡੇ ਮਿਹਰ ਭਰੇ ਹੱਥ ਰੱਖਣ ਔਰ ਮੇਲਾ ਕਮੇਟੀ ਸਾਰੀ ਸਤਿਕਾਰ ਜੋ ਇਸੇ ਤਰ੍ਹਾਂ ਮੇਲਾ ਨਾਲ ਮਿਲ ਕੇ ਕਰਵਾਉਂਦੇ ਰਹੋ। ਲਓ ਮੁੰਡਾ ਬੜੇ ਹੀ ਪਿਆਰ ਨਾਲ ਬੋਲਦਾ, ਜਦੋਂ ਹੱਸਦਾ ਉਦੋਂ ਨਹੀਂ ਫੁੱਲ ਡੋਲਦਾ। ਉੱਚਾ ਲੰਮਾ ਮਨਮੋਹਣਾ, ਸਾਰੀ ਦੁਨੀਆ ਤੋਂ ਸੋਹਣਾ, ਉਹ ਮੇਰੇ ਦਿਲ 'ਚ ਧੜਕਦਾ ਜਿਹੜਾ, ਉਹ ਮੈਨੂੰ ਕਹਿੰਦਾ ਖੰਡ ਦੀ ਪੁੜੀ ਮੁੰਡਾ ਸੱਜਰੇ ਮੱਖਣ ਦਾ। ਬਿੱਲੀਆਂ ਅੱਖਾਂ ਵਾਲਾ ਬੰਦਾ ਹੋਵੇ ਚਾਹੇ ਜਨਾਨੀ ਹੋਵੇ, ਇਹਨਾਂ ਦਾ ਕੋਈ ਪਤਾ ਨਹੀਂ ਵੀ ਕਿੱਧਰ ਨੂੰ ਮਾਰ ਕਰਨੀ ਇਹਨਾਂ ਨੇ, ਕਿਉਂਕਿ ਬਿੱਲੀਆਂ ਅੱਖਾਂ ਦਾ ਪੱਟਿਆ ਬੰਦਾ ਸਾਰੀ ਉਮਰ ਸਿੱਖ ਦਾ ਤਮੀਜ਼ ਬਣਾ ਕੇ।
ਜਵਾਨੀ ਕਿੱਥੇ ਆਵੇ ਸੱਚ ਦੀ ਬਚਾਲੇ ਜਵਾਨੀ ਕਿੱਥੇ ਸੱਚੀ ਆਖ ਕੇ ਬੁਲਾਵੇ Oh,
ਵਿੱਚ ਬਿਠਾ ਕੇ ਲੈ ਗਿਆ। ਇਹ ਬਾਈ ਰੌਣਕਾਂ ਲਾਈ ਬੈਠੇ ਜੀ ਪਾਰਕ ਦੇ ਵਿੱਚ, ਜਿਹੜੀ ਸਰੋਵਰ Yeah.
ਉੱਚੀ ਉੱਚੀ ਥਾਂ ਤੋਂ ਵੀਡੀਓ ਬਣਾਈ ਹੈ। ਬਹੁਤ ਜ਼ਿਆਦਾ ਫੇਸਬੁੱਕ ਤੇ ਫੋਲੋ ਕਰੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ। ਸਪੀਡ ਲਾਈ ਹੋਈ ਥੋੜ੍ਹਾ ਜਿਹਾ ਸ਼ੌਟ ਮੈਂ ਲੈ ਲਿਆ ਲਾਲ ਸਾਹਿਬ ਥੋੜ੍ਹਾ ਬਾਈ ਚੰਗਾ ਸ਼ੌਟ ਦੁਬਾਰਾ ਦੁਬਾਰਾ ਸ਼ੌਟ ਲਿਆ ਬਾਈ ਦੀ ਵੀਡੀਓ ਨਾਲ। ਬਜ਼ੁਰਗ ਆਏ ਕਹਿੰਦੇ ਸਾਡੀ ਵੀਡੀਓ ਲਾ ਕੇ ਉੱਥੇ ਬੈਠ ਗਏ, ਇੱਕ ਬਾਈ ਹੋਰ ਬੈਠ ਗਿਆ ਕਹਿੰਦਾ ਸਾਡੀ ਵੀਡੀਓ ਲਾ ਕੇ। ਸਤਿ ਸ਼੍ਰੀ ਅਕਾਲ ਬਾਬੂ। ਅਤੇ ਗਰਮੀ ਗਰਮੀ ਕਿੰਨੀ ਕੁ ਗਰਮੀ ਆ ਭਾਰਤ ਮਾਲਾ ਰੋਡ ਦੀ ਵੀਡੀਓ ਹੈ ਜੀ, ਜਿਹੜਾ ਨਿਕਲ ਰਿਹਾ ਲੰਬ ਵਾਲੀ ਤੋਂ ਮੋਗਾ। ਇਹ ਬਾਈ ਮੇਰੇ ਸੀ ਰਾਊਗਾ ਤੋਂ, ਉਹ ਸਾਹਮਣੇ ਸਕਾਰਪੀਓ ਗੱਡੀ 4x4 ਮੈਂ ਚੜ੍ਹਾ ਤੀ ਭਾਰਤ ਮਾਲਾ ਰੋਡ 'ਤੇ, ਜਾਣੀ ਕਿ 7-8 ਫੁੱਟ ਉੱਚੀ। ਇੱਧਰੋਂ ਗੱਡੀ ਲੰਘੀ ਜਾਂਦੀ ਪੂਰੀ ਤੇਜ਼, ਉਸ ਨੋਵਾ ਵਾਲੇ ਬੰਦੇ ਨੇ ਰੋਕ ਲਈ, ਕਹਿੰਦਾ ਤਾਂ ਕਲੰਨ ਹੈਗਾ ਮੈਂ ਇਹਨੂੰ ਲੰਘ ਜਾਂਦਾ, ਮੈਂ ਰੋਕ ਕੇ ਲੰਘ ਜੂੰਗਾ। ਇਸ ਤੋਂ ਬਾਅਦ ਇਹ ਬਾਈ ਲੰਘਣ ਲੱਗਿਆ, ਇਹ ਵੀ ਲੰਘ ਗਿਆ ਅਤੇ ਸਕਾਰਪੀਓ ਵੀ ਆ ਕੇ ਖੜ ਗਈ। ਇਹ ਬਾਈ ਸਪੀਕਰ ਧਰੀ ਬਸੇ ਭੂੰਡੀ 'ਤੇ, ਧਿਆਨ ਨਾਲ ਦੇਖਿਓ ਤੁਸੀਂ, ਬਹੁਤ ਵਧੀਆ ਬਾਈਆਂ ਨੇ ਰੰਗ ਬੰਨਿਆ ਇਹਨਾਂ ਕੋਲ ਖੜੇ ਰਹੇ, ਬਹੁਤ ਵਧੀਆ ਲੱਗਿਆ ਬਾਈਆਂ ਨੂੰ ਮਿਲ ਕੇ। ਬਾਈ ਸੀਗੇ ਰਾਊਕਿਆਂ ਦੇ, ਰਾਊਕੇ ਜ਼ਿਲ੍ਹਾ ਮੋਗਾ। ਇਹ ਗੱਡੀ 21 ਸਤੰਬਰ ਬਾਈ ਬਾਹਰ ਨਿਕਲਾਏ, ਇਹ ਬਾਈ ਸੀ ਜਿਨ੍ਹਾਂ ਨੇ ਗੱਡੀ ਚੜ੍ਹਾਈ ਆ। ਆਹ ਬਾਈਆਂ ਨੇ 4x4 ਆ ਬਾਈ ਕਹਿੰਦਾ ਲੇਟ ਆਏ ਫਿਰ ਤਾਂ ਤੁਸੀਂ ਠੰਡ 'ਚ ਹੀ ਆਏ ਆ ਹਨਾ। ਆਹ ਬਾਈ ਰਾਊਕਿਆਂ ਤੋਂ ਮਿਲੇ ਸੀਗੇ ਬਾਈ ਸੱਜਣੋ। ਇਹ ਬਾਈਆਂ ਨੇ ਬੂੰਦੀ ਦਾ ਪ੍ਰਬੰਧ ਇੱਧਰ ਆਹ ਕੰਮ ਬਾਈਆਂ ਨੇ ਸਿਰਾ ਕੀਤਾ। ਇਹ ਬਾਈ ਹਾਂ ਕੋਈ ਨੀ, ਇਹ ਬਾਈਆਂ ਨੇ ਇੱਧਰ ਆਹ ਵੀ ਤਿਆਰ ਕੀਤਾ ਸੀ ਕੰਮ, ਦੇਖ ਲਾ ਦਾਣੇ ਦਾਣੇ ਪੇ ਲਿਖਾ ਖਾਣੇ ਵਾਲੇ ਕਾ ਨਾਮ। ਮੈਂ ਕਿਹਾ ਚੱਲ ਵੇਖਦੇ ਹਾਂ ਭਾਰਤ ਮਾਲਾ ਰੋਡ ਕਿਹੋ ਜਿਹਾ, ਮੈਂ ਕਿਹਾ ਨਾਲੇ ਉਦੋਂ ਨੂੰ ਇਕੱਠ ਜਿਹਾ ਨਿਕਲ ਜੂ। ਆਹ ਬਾਈ ਮੈਨੂੰ ਮਿਲਿਆ ਰਾਊਕਿਆਂ ਤੋਂ, ਇਹ ਬਾਈ ਸਪੀਕਰ ਤੁਹਾਨੂੰ ਸਪੀਕਰ ਦਿਖਾਉਣਾ ਬਾਈ, ਜਿਹੜਾ ਬਾਈ ਨੇ ਸਪੀਕਰ ਰੱਖਿਆ ਨਾ ਉਹ ਜਮਾਂ ਛੱਤ ਦੇ ਉੱਤੇ ਬਾਈ ਸਪੀਕਰ ਰੱਖੀ ਬੈਠਾ। ਆਵੇ ਬਾਈ ਤਗੜਾ ਲਾਈ ਬੈਠਾ ਕੰਮ ਬਾਈ ਪੂਰਾ ਆ, ਬਾਈ ਨੇ ਭੂੰਡੀ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਬਣਾਈ ਹੋਈ ਆ। ਅਤੇ ਆਹ ਬਾਈ ਨੇ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਸੀ ਉਹ ਆਹ ਬਾਈ ਨੇ ਗੱਡੀ ਆ ਜਿਹੜੀ ਉਹ ਸਾਹਮਣੇ ਜਿਹੜਾ ਰੋਡ ਤੁਸੀਂ ਦੇਖ ਰਹੇ ਉੱਥੋਂ ਚੜ੍ਹਾ ਕੇ ਇੱਧਰ ਲਏ ਆ ਬਾਈ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਬਾਈ ਜੀ ਆਪਣਾ ਪਿੰਡ ਰਾਊਕ ਹੈ? ਹਾਂਜੀ ਰਾਊਕ। ਕੀ ਨਾਮ ਬਾਈ ਤੁਹਾਡਾ?
ਸੀਰਾ ਸਿੰਘ ਆ ਬਾਬਾ ਦਾ ਨਾਂ ਕੀ ਆ ਫੋਨ ਇਹ ਬਾਬਾ ਜੀ ਫੋਨ ਤੇ ਗੱਲ ਕਰ ਰਹੇ ਆ ਤੇ ਰੂਬਰੂ ਕਰਾਉਣੇ ਆ ਥੋੜੇ ਸਮੇਂ ਬਾਅਦ ਹੋ ਜਾਂਦਾ ਬਾਈ ਮੈਂ ਵੀ ਜਦੋਂ ਸ਼ੁਰੂ ਕੀਤਾ ਕੰਮ ਇਹ ਮੈਂ ਵੀ ਬਹੁਤ ਅੜਿਆ ਇਹਨਾਂ ਚੀਜ਼ਾਂ ਚ ਮੈਂ ਵੀ ਬਹੁਤ ਅੜਿਆ ਆ ਹੁਣ ਬਾਈਆਂ ਨੇ ਜਦੋਂ ਗੱਡੀ ਚੜਾਈ ਸੀ ਮੈਂ ਵੀਡੀਓ ਉਦੋਂ ਸ਼ੁਰੂ ਕਰੀ ਆ ਇਹ ਬਾਈ ਇਹ 4x4 ਨਾ ਇਹ ਵੀ 4x4 ਕਰਕੇ ਚੜ ਗਈ ਤੇ ਮਰੂਤੀ ਚੜਾਉਣ ਲੱਗ ਗਏ ਉਹਦਾ ਲੋਟ ਨਹੀਂ ਲੱਗ ਜਾਣੀ ਆ ਉਹਦੀ ਕੀ ਗਲਤ ਆ ਬਾਈ ਸਹੀ ਆ ਬਾਈ ਸਹੀ ਆ ਧੰਨਵਾਦ ਬਾਈ ਜੀ ਚੜਾਉਣੇ ਮਰੂਤੀ ਬਾਈ ਕਾਹਤੇ ਆ।